शिवजी के बहुत शुक्र गुजार परमेश्वर जी ने सानू समा बख्शिया ने ओदे पाक कलाम दे विचों असी ओदे नाल रूबरू हो सकीए ते कुछ आत्मिक गल्लां नू सीख सकीए क्योंकि जो परमेश्वर का वचन है ओह सानू की चानण दिंदा वचन विच लिखिया कि ओह सीधे साधे लोकां नू समझ बख्शदा है हालेलुया सो जिवे कि आपां सारा नू पता ही आ कि प्रभु जी ने जो किया कल गुड फ्राइडे है जिन्हों चंगा शुक्रवार भी आख्या जाता ओदे बारे दे विच असी परमेश्वर जी दे पुत्र यीशु मसीह दे बारे कुछ गल्लां नू साझे करांगे जो कि गुड फ्राइडे दे नाल रिलेटेड आ इन्हां दिनां दे विच प्रभु यीशु मसीह जी ने साडे वास्ते कितनी वड्डी दाड़ दा नू सिया ਸਾਡੇ ਵਾਸਤੇ ਉਹਨਾਂ ਨੇ ਕਿੰਨਾ ਵੱਡਾ ਬਲੀਦਾਨ ਦਿੱਤਾ ਅੱਜ ਆਪਾਂ ਕਲਾਮ ਦੇ ਵਿੱਚੋਂ ਦੇਖੋ ਕਿ ਉਹ ਗੱਲਾਂ ਨੂੰ ਸਾਂਝੀਆਂ ਕਰਾਂਗੇ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਜੀ ਮੇਲ ਮਿਲਾਪ ਦੇ ਪਰਮੇਸ਼ਵਰ ਹਨ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਜੀ ਕੀ ਹਨ ਮੇਲ ਮਿਲਾਪ ਦੇ ਪਰਮੇਸ਼ਵਰ ਆਪਾਂ ਦੇਖਦੇ ਹਾਂ ਜਦੋਂ ਆਪਾਂ ਪਵਿੱਤਰ ਬਾਈਬਲ पुराने समय दे विच जदों लोग पाप करदे सन तां जदों उन्हां ने अपने पापां नूं मन के छड़ना हुंदा सी तौबा करनी हुंदी सी पापां दी माफी मंगनी हुंदी सी तां ओह सिद्धा परमेश्वर जी दे सामने हाजर नहीं हो सकदे सी उन्हां समयां दे विच कुछ प्रधान जाजक लेवी जां प्रधान जाजक लेवी जां जाजक उन्हां नूं ही प्रधान समझा जांदा सी कि इह परमेश्वर जी दे सामने जाणगे ਸਾਡੇ ਪਾਪਾਂ ਦੇ ਬਾਰੇ ਸਾਡੇ ਗੁਨਾਹਾਂ ਦੇ ਬਾਰੇ ਬਲੀ ਨੂੰ ਚੜਾਉਣਗੇ ਤਾਂ ਕਿ ਅਸੀਂ ਮਾਫੀ ਨੂੰ ਪਾ ਸਕੀਏ ਹਾਲੇਲੂਇਆ ਹਾਲੇਲੂਇਆ ਤੇ ਉਹਨਾਂ ਸਮਿਆਂ ਦੇ ਵਿੱਚ ਜੋ ਜਾਜਕ ਹੁੰਦੇ ਸੀ ਦੇਵੀ ਹੁੰਦੇ ਸੀ ਉਹਨਾਂ ਦਾ ਕੈਰੈਕਟਰ ਵੀ ਅਜਿਹਾ ਹੋਣਾ ਚਾਹੀਦਾ ਸੀ ਕਿ ਉਹ ਪਵਿੱਤਰਤਾਈ ਦੇ ਵਿੱਚ ਹੋਣੇ ਚਾਹੀਦੇ ਸੀ ਉਹਨਾਂ ਦੇ ਉੱਤੇ ਵੀ ਕੋਈ ਵੀ ਅਜਿਹਾ ਕੰਮ ਨਾ ਹੋਵੇ ਅਜਿਹਾ ਉਹਨਾਂ ਦੇ ਉੱਤੇ ਕੋਈ ਵੀ ਦੋਸ਼ ਨਾ ਹੋਵੇ ਕਿ ਜਦ ਉਹ ਬਲੀ ਚੜਾਉਣ ਜਾਣ ਤਾਂ ਉਹਨਾਂ ਉੱਤੇ ਸਜ਼ਾ ਆ ਜਾਵੇ ਤਾਂ ਇਹ ਚੀਜ਼ ਦਾ ਕਿਵੇਂ ਪਤਾ ਲਗਾਇਆ ਜਾਂਦਾ ਸੀ ਹੈਕਲ ਦੇ ਵਿੱਚ ਜਦ ਲੇਵੀ ਜਾਂ ਜਾਜਕ ਕਿਸੇ ਵੀ ਇਨਸਾਨ ਦਾ ਕਿਸੇ ਵੀ ਮਨੁੱਖ ਦਾ ਪਾਪ ਸੁਣ ਕੇ ਉਸ ਹੈਕਲ ਦੇ ਅੰਦਰ ਜਾਂਦੇ ਸੀ ਉੱਥੇ ਬਲੀ ਚੜਾਉਂਦੇ ਸੀ ਤਾਂ ਉਹ ਕੀ ਆ ਜਦੋਂ ਬਲੀ ਚੜਾਉਂਦੇ ਸੀ ਉਹਨਾਂ ਦੇ ਪੈਰ ਦੇ ਵਿੱਚ ਘੁੰਗਰੂ ਪਾਏ ਹੁੰਦੇ ਸੀ ਲੇਵੀ ਦੇ ਜਾਂ ਜਾਜਕ ਦੇ ਪੈਰ ਦੇ ਵਿੱਚ ਘੁੰਗਰੂ ਪਾਏ ਜਾਂਦੇ ਸਨ ਤੇ ਇੱਕ ਪੈਰ ਦੇ ਨਾਲ ਇੱਕ ਲੱਤ ਦੇ ਵਿੱਚ ਇੱਕ ਪੈਰ ਦੇ ਨਾਲ ਰੱਸੀ ਨੂੰ ਬੰਨਿਆ ਜਾਂਦਾ ਸੀ ਤੇ ਜਿਹੜੀ ਉਹ ਰੱਸੀ ਸੀ ਉਸ ਹੈਕਲ ਤੋਂ ਬਾਹਰ ਰੱਖਿਆ ਜਾਂਦਾ ਸੀ ਉਸ ਰੱਸੀ ਨੂੰ ਇਹਦਾ ਕਾਰਨ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹਦਾ ਕੀ ਕਾਰਨ ਆ ਕਿ ਜਦ ਲੇਵੀ ਜਾਂ ਜਾਜਕ ਅੰਦਰ ਆਪਣਾ ਉਹ ਕੰਮ ਕਰਦੇ ਸੀ ਬਲੀ ਚੜਾਉਂਦੇ ਸਨ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਜੋ ਘੁੰਗਰੂ ਆ ਉਹ ਛਣ ਛਣ ਕਰਦੇ ਸਨ ਤਾਂ ਬਾਹਰ ਖੜਾ ਮਨੁੱਖ ਇਹ ਸਮਝ ਲੈਂਦਾ ਸੀ ਕਿ ਜੋ ਲੇਵੀ ਆ ਜਾਜਕ ਆ ਉਹ ਸਹੀ ਸਲਾਮਤੀ ਦੇ ਨਾਲ ਸਾਡੀ ਬਲੀ ਨੂੰ ਚੜਾ ਰਿਹਾ ਗਾ ਪਰਮੇਸ਼ਵਰ ਦੇ ਸਨਮੁੱਖ ਹਾਲੇਲੂਇਆ ਔਰ ਜੇਕਰ ਉਹ ਛਣ ਛਣ ਘੁੰਗਰੂਆਂ ਦੀ ਛਣ ਛਣ ਬੰਦ ਹੋ ਜਾਂਦੀ ਸੀ ਤਾਂ ਉਦੋਂ ਇਹ ਸਮਝ ਲਿਆ ਜਾਂਦਾ ਸੀ ਕਿ ਜੋ ਲੇਵੀ ਆ ਜਾਂ ਜਾਜਕ ਆ ਜੋ ਬਲੀ ਚੜਾ ਰਿਹਾ ਉਹਦੇ ਉੱਤੇ ਕੋਈ ਪ੍ਰੋਬਲਮ ਆ ਕੋਈ ਸਮੱਸਿਆ ਬਾਹਰ ਖੜੇ ਵੇਟ ਕੀਤਾ ਜਾਂਦਾ ਸੀ ਉਹਨਾਂ ਦਾ ਇੰਤਜ਼ਾਰ ਕੀਤਾ ਜਾਂਦਾ ਸੀ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਛਣ ਛਣ ਬੰਦ ਆ ਸ਼ਾਂਤੀ ਹੋ ਚੁੱਕੀ ਆ ਤਾਂ ਉਸਦੇ ਅੰਦਰ ਕੋਈ ਆਮ ਇਨਸਾਨ ਐਂਟਰ ਨਹੀਂ ਕਰ ਸਕਦਾ ਸੀ ਤੇ ਇੱਥੇ ਉਹ ਰੱਸੀ ਦਾ ਤੁਹਾਨੂੰ ਮੈਂ ਵੇਰਵਾ ਦੱਸਣਾ ਚਾਹੁੰਦੀ ਹਾਂ ਜਿਹੜੀ ਰੱਸੀ ਉਹਦੇ ਪੈਰ ਦੇ ਨਾਲ ਬੰਨੀ ਜਾਂਦੀ ਸੀ ਉਹ ਆਮ ਲੋਕ ਉਸ ਰੱਸੀ ਦੇ ਨਾਲ ਉਸ ਜਾਜਕ ਨੂੰ ਬਾਹਰ ਕੱਢਦੇ ਸਨ ਉਹਦੇ ਵਿੱਚ ਕੋਈ ਵੀ ਆਮ ਇਨਸਾਨ ਆਮ ਮਨੁੱਖ ਅੰਦਰ ਨਹੀਂ ਜਾ ਸਕਦਾ ਸੀ ਕਿਉਂਕਿ ਪਰਮੇਸ਼ਵਰ ਜੀ ਦੇ ਵੱਲੋਂ ਸਟਾਰਟਿੰਗ ਦੇ ਵਿੱਚ ਦੇਖਿਆ ਜਾਜਕ ਜਾਂ ਲੇਵੀਆਂ ਨੂੰ ਹੀ ਠਹਿਰਾਇਆ ਸੀ ਕਿ ਉਹ
ਬਲੀ ਚੜਾ ਸਕਣ ਪਰ ਉਹਨਾਂ ਦਾ ਕਰੈਕਟਰ ਵੀ ਕੀ ਹੋਵੇ ਸਹੀ ਹੋਵੇ। ਹਾਲੇਲੂਇਆ। ਇਸ ਤਰ੍ਹਾਂ ਐਵੇਂ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ। ਆਪਾਂ ਓਲਡ ਟੈਸਟਾਮੈਂਟ ਦੇ ਵਿੱਚ ਦੇਖਦੇ ਹਾਂ, ਪੁਰਾਣੇ ਸਮੇਂ ਦੇ ਵਿੱਚ ਅਸੀਂ ਬਜ਼ੁਰਗਾਂ ਦੇ ਵੀ ਆਪਣੇ ਬਜ਼ੁਰਗ ਨੇ ਜੋ ਉਹਨਾਂ ਦੇ ਵੀ ਮੂੰਹੋਂ ਆਪਾਂ ਕਈ ਕਥਾਵਾਂ ਸੁਣਦੇ ਹਾਂ ਕਿ ਬੱਕਰੇ ਦੀ ਬਲੀ ਚੜਾਈ ਜਾਂਦੀ ਸੀ, ਕਬੂਤਰਾਂ ਦੀ ਬਲੀ ਚੜਾਈ ਜਾਂਦੀ ਸੀ, ਅਜਿਹਾ ਕੁੱਝ ਕੀਤਾ ਜਾਂਦਾ ਸੀ। ਹਾਲੇਲੂਇਆ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ ਕੀ ਆ, ਅਲੋਪ ਹੋ ਚੁੱਕੀ ਆ। ਇਹ ਚੀਜ਼ ਕਦੋਂ, ਇਸ ਚੀਜ਼ ਦਾ ਖਾਤਮਾ ਕਿਸਨੇ ਕੀਤਾ, ਉਹ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਉਹ ਹਨ ਸਾਡੇ ਮੁਕਤੀਦਾਤਾ ਧੰਨ ਸਵਾਮੀ ਸਤਿਗੁਰ ਪ੍ਰਭੂ ਯਸ਼ੂ ਮਸੀਹ ਜੀ। ਹਾਲੇਲੂਇਆ। ਪ੍ਰਭੂ ਯਸ਼ੂ ਮਸੀਹ ਜੀ ਸਾਡੇ ਮਹਾਨ ਪ੍ਰਧਾਨ ਜਾਜਕ ਬਣ ਕੇ ਆਏ। ਹਾਲੇਲੂਇਆ। ਜਿਹੜਾ ਜਦੋਂ ਪ੍ਰਭੂ ਯਸੂ ਮਸੀਹ ਜੀ ਆਏ, ਉਹ ਕਾਹਦੇ ਵਾਸਤੇ ਆਏ? ਉਹ ਸਾਡੇ ਪਾਪੀਆਂ, ਸਾਡੇ ਜਿਹੇ ਪਾਪੀਆਂ ਦੇ ਵਾਸਤੇ ਆਏ, ਇਸ ਜੋ ਪਾਪਾਂ ਦੇ ਵਿੱਚ ਅਸੀਂ, ਗੁਨਾਹ ਦੇ ਵਿੱਚ ਅਸੀਂ, ਅਸੀਂ ਜੋ ਡਾਇਰੈਕਟ ਪਰਮੇਸ਼ਵਰ ਜੀ ਦੇ ਸਾਹਮਣੇ ਹਾਜ਼ਰ ਨਹੀਂ ਹੋ ਸਕਦੇ, ਨਹੀਂ ਦੱਸ ਸਕਦੇ ਸੀ, ਉਸ ਚੀਜ਼ ਨੂੰ ਡਾਇਰੈਕਟ ਗੱਲਬਾਤ ਕਰਨ ਦੇ ਲਈ ਪ੍ਰਭੂ ਜੀ ਨੇ ਸਾਡਾ ਮੇਲ ਮਿਲਾਪ ਕਰਵਾਇਆ। ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਇਸ ਗੱਲ ਨੂੰ ਤੁਸੀਂ ਜਰਾ ਗੌਰ ਦੇ ਨਾਲ ਦੇਖੋ, ਧਿਆਨ ਦੇ ਨਾਲ ਫੋਕਸ ਕਰੋ, ਸੋਚ ਕੇ ਦੇਖੋ ਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਇਨਸਾਨ ਜੇਕਰ ਪਾਪ ਕਰਦਾ ਸੀ ਤਾਂ ਉਸਨੂੰ ਉਹ ਪਾਪ ਬੋਲ ਕੇ ਜਾਜਕ ਨੂੰ ਦੱਸਣਾ ਪੈਂਦਾ ਸੀ ਕਿ ਮੈਂ ਇਹ ਪਾਪ ਕੀਤਾ। ਉਹਨੂੰ ਕਿੰਨੀ ਘਬਰਾਹਟ ਹੁੰਦੀ ਹੋਣੀ ਆ, ਕਿਉਂਕਿ ਜੋ ਪਾਪ ਆ ਵੱਡੇ ਆ ਛੋਟੇ ਆ, ਪਰ ਪਾਪ ਕੀ ਆ, ਪਾਪ ਹੀ ਆ। ਹਾਲੇਲੂਇਆ। ਤੇ ਇਹ ਗੱਲ ਨੂੰ ਜਦੋਂ ਆਪਾਂ ਸੋਚਦੇ ਹਾਂ, ਕੋਈ ਵੀ ਇਨਸਾਨ ਆ ਉਹ ਕੀ ਆ, ਆਪਾਂ ਦੇਖਦੇ ਹਾਂ ਕਿ ਇਨਸਾਨ ਦੇ ਅੰਦਰ ਕੀ ਹੁੰਦਾ, ਇੱਕ ਲੁਕਾਅ ਹੁੰਦਾ, ਛਿਪਾ ਹੁੰਦਾ ਕਿ ਮੈਂ ਇਸ ਗੱਲ ਨੂੰ ਕਿਸੇ ਦੇ ਅੱਗੇ ਜ਼ਾਹਿਰ ਨਹੀਂ ਕਰ ਸਕਦਾ, ਮੈਂ ਇਸ ਗਲਤੀ ਨੂੰ ਕਿਸੇ ਦੇ ਅੱਗੇ ਜ਼ਾਹਿਰ ਨਹੀਂ ਕਰ ਸਕਦਾ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਲਈ ਬਹੁਤ ਹੀ ਸੌਖਾ ਕਰ ਦਿੱਤਾ ਕਿ ਅਸੀਂ ਆਪਣੇ ਪਾਪਾਂ ਤੋਂ, ਗੁਨਾਹਾਂ ਤੋਂ ਸਿੱਧਾ ਪਰਮੇਸ਼ਵਰ ਜੀ ਦੇ ਸਨਮੁਖ ਅਸੀਂ ਮਾਫ਼ੀ ਨੂੰ ਪਾ ਸਕਦੇ ਹਾਂ, ਜੇਕਰ ਅਸੀਂ ਸੱਚੇ ਮਨ ਤੋਂ ਉਹਦੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ, ਉਹ ਸਾਨੂੰ ਮਾਫ਼ੀ ਦਿੰਦੀ ਆ, ਸਾਨੂੰ ਮੁਕਤੀ ਦਿੰਦੀ ਆ। ਆਮੀਨ। ਹਾਲੇਲੂਇਆ। ਤਾਂ ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਇਸ ਧਰਤੀ ਦੇ ਉੱਤੇ ਆਏ, ਇੱਕ ਮਨੁੱਖ ਦੇ ਰੂਪ ਦੇ ਵਿੱਚ, ਉਵੇਂ ਉਹ ਅੰਬਰ ਦੇ ਵਿੱਚ ਜਿਵੇਂ ਵਾਅਦੇ ਗਏ, ਪਰਮੇਸ਼ਵਰ ਜੀ ਦਾ ਕੰਮ ਉਹਨਾਂ ਨੇ ਜ਼ੋਰਾਂ ਸ਼ੋਰਾਂ ਤੇ ਕੀਤਾ, ਅੰਨਿਆਂ ਨੂੰ ਅੱਖੀਆਂ ਦਿੱਤੀਆਂ, ਲੰਗੜਿਆਂ ਨੂੰ ਚਲਾਇਆ, ਬਿਮਾਰਾਂ ਨੂੰ ਚੰਗਾ ਕੀਤਾ, ਰੋਗੀਆਂ ਨੂੰ ਚੰਗਾ ਕੀਤਾ, ਜੋ ਦੇਖ ਨਹੀਂ ਸਕਦੇ ਸੀ ਉਹ ਦੇਖਣ ਲੱਗ ਪਏ, ਔਰ ਜੋ ਬੋਲਦੇ ਨਹੀਂ ਸੀ ਉਹ ਬੋਲਣ ਲੱਗ ਪਏ, ਅਧਰੰਗੀਆਂ ਨੂੰ ਚੰਗਾ ਕੀਤਾ, ਪੌੜੀਆਂ ਨੂੰ ਸ਼ੁੱਧ ਕੀਤਾ, ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਸੀ ਪ੍ਰਭੂ ਜੀ ਨੇ ਉਹਨਾਂ ਸਾਰਿਆਂ ਨੂੰ ਪ੍ਰੇਮ ਦੇ ਨਾਲ ਜੋੜਿਆ, ਤਾਂ ਕਿ ਉਹ ਆਮ ਲੋਕਾਂ ਦੇ ਵਿੱਚ ਘੁੰਮ ਫਿਰ ਸਕਣ, ਭਾਵ ਕਿ ਜਿਹੜੇ ਪੌੜੇ ਲੋਕ ਹੁੰਦੇ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਇਨਸਾਨ ਨੂੰ ਕੋੜ ਹੁੰਦਾ ਸੀ ਉਹ ਦੂਰੋਂ ਹੀ ਆਵਾਜ਼ਾਂ ਮਾਰਦਾ ਸੀ, ਪਰੇ ਹੋ ਜਾਓ, ਪਰੇ ਹੋ ਜਾਓ, ਅਸੀਂ ਇੱਥੋਂ ਲੰਘਣਾ, ਤਾਂ ਲੋਕ ਪਰੇ ਹੋਣਾ ਸ਼ੁਰੂ ਕਰ ਦਿੰਦੇ ਸੀ, ਇੰਨੀ ਨਫ਼ਰਤ ਦੀ ਭਾਵਨਾ ਹੁੰਦੀ ਸੀ ਉਸ ਸਮੇਂ ਦੇ ਵਿੱਚ। ਹਾਲੇਲੂਇਆ। ਪਰ ਪਰਮੇਸ਼ਵਰ ਮਸੀਹ ਨੇ ਕੋੜੀਆਂ ਨੂੰ ਵੀ ਸ਼ੁੱਧ ਕੀਤਾ, ਚੰਗੀਆਂ ਕੀਤਾ। ਹਾਲੇਲੂਇਆ। ਤਾਂ ਪ੍ਰਭੂ ਜੀ ਜਦੋਂ ਇਹ ਸੁਸਮਾਚਾਰ ਦੀ ਅੱਗ ਨੂੰ ਫੈਲਾ ਰਹੇ ਸੀ, ਇਸ ਕੰਮ ਨੂੰ ਕਰ ਰਹੇ ਸਨ, ਕਿਉਂਕਿ ਉਹਨਾਂ ਦਾ ਜੋ ਮਕਸਦ ਸੀ ਕਿ ਉਹ ਪਾਪੀਆਂ ਦੇ ਵਾਸਤੇ ਆਏ। ਹਾਲੇਲੂਇਆ। ਉਹਨਾਂ ਨੇ ਕੀ ਆ, ਬਹੁਤ ਵੱਡੇ ਵੱਡੇ ਕੰਮ ਕੀਤੇ, ਲੋਕਾਂ ਨੂੰ ਚੰਗਿਆਈਆਂ ਦਿੱਤੀਆਂ, ਪਰ ਉੱਥੇ ਪ੍ਰਭੂ ਜੀ ਦਾ ਵਿਰੋਧ ਕੀਤਾ ਗਿਆ। ਹਾਲੇਲੂਇਆ। ਪਰ ਪ੍ਰਭੂ ਦੇ ਵਿੱਚ ਇੱਕ ਵੀ ਦੋਸ਼ ਨਹੀਂ ਸੀ, ਪਰ ਕੁਝ ਲੋਕਾਂ ਨੇ ਕੀ ਕੀਤਾ, ਫਰੀਸੀਆਂ ਨੇ ਕੀ ਆ, ਉਹਨਾਂ ਦੇ ਉੱਤੇ ਕੀ ਆ, ਦੋਸ਼ ਲੱਭਦੇ ਸੀ ਪਰ ਲੱਭ ਨਹੀਂ ਪਾਉਂਦੇ ਸੀ, ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਬਹੁਤ ਸਤਾਇਆ। ਹਾਲੇਲੂਇਆ। ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੇ ਕੀ ਆ, ਬਹੁਤ ਜ਼ਿਆਦਾ ਪ੍ਰਭੂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਮਸੀਹ ਦੇ ਵਿੱਚ ਇੱਕ ਵੀ ਅਜਿਹਾ ਦੋਸ਼, ਇੱਕ ਵੀ ਅਜਿਹਾ ਬੁਰਾ, ਅਜਿਹਾ ਪਾਪ ਨਹੀਂ ਸੀ। ਹਾਲੇਲੂਇਆ। ਉਹ ਦੋਸ਼ ਰਹਿਤ ਸਨ, ਉਹ ਪਵਿੱਤਰ ਸਨ। ਹਾਲੇਲੂਇਆ। 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 ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਪ੍ਰਭੂ ਜੀ ਨੇ ਵੱਡੇ ਵੱਡੇ ਕੰਮ ਕੀਤੇ, ਤੇ ਉੱਥੋਂ ਕੀ ਆ, ਫਰੀਸੀ ਲੋਕ ਜਿਹੜੇ ਸਨ ਉਹ ਜੈਲਸ ਕਰਦੇ ਸਨ, ਤਾਂ ਫਰੀਸੀਆਂ ਨੇ ਇੱਕ ਸ਼ੜਯੰਤਰ ਰਚਿਆ, ਇੱਕ ਸਾਜਿਸ਼ ਰਚੀ ਕਿ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਫੜਵਾਇਆ ਜਾਵੇ। ਹਾਲੇਲੂਇਆ। ਹਾਲੇਲੂਇਆ। ਤਾਂ ਪ੍ਰਭੂ ਯਿਸੂ ਮਸੀਹ ਜੀ ਇੱਕ ਜਗ੍ਹਾ ਤੇ ਜਾਂਦੇ ਨੇ, ਜਦ ਹੁਣ ਆਪਾਂ ਇਹਨਾਂ ਦਿਨਾਂ ਦੀ ਗੱਲ ਕਰ ਰਹੇ ਹਾਂ, ਕੱਲ ਨੂੰ ਗੁੱਡ ਫਰਾਈਡੇ ਆ, ਤੁਹਾਨੂੰ ਮੈਂ ਉੱਧਰ ਵੀ ਸਾਈਡ ਨੂੰ ਲੈ ਕੇ ਜਾ ਰਹੀ ਹਾਂ, ਉਸ ਵੱਲ ਨੂੰ ਲੈ ਕੇ ਜਾ ਰਹੀ ਹਾਂ। ਪ੍ਰਭੂ ਯਿਸੂ ਮਸੀਹ ਜੀ ਜਾ ਰਹੇ ਆ ਆਪਣੇ 12 ਚੇਲਿਆਂ ਨੂੰ ਨਾਲ ਲੈ ਕੇ। ਪ੍ਰਭੂ ਜੀ ਕੀ ਕਰਦੇ ਨੇ,
ਆਪਣੇ ਬਾਹਰੀ ਕੱਪੜੇ ਉਤਾਰ ਕੇ ਇੱਕ ਬਾਟੀ ਦੇ ਵਿੱਚ ਇੱਕ ਬਰਤਨ ਦੇ ਵਿੱਚ ਭਾਂਡੇ ਦੇ ਵਿੱਚ ਪਾਣੀ ਲੈ ਲੈਂਦੇ ਨੇ ਤੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੰਦੇ ਨੇ। ਹਾਲੇਲੂਇਆ ਪ੍ਰਭੂ ਜੀ ਨੇ ਚੇਲਿਆਂ ਦੇ ਪੈਰ ਧੋਤੇ। ਹਾਲੇਲੂਇਆ ਕਿਉਂਕਿ ਪ੍ਰਭੂ ਜੀ ਇਹ ਉਹਨਾਂ ਦੇ ਵਿੱਚੋਂ ਇਹ ਕੱਢਣਾ ਚਾਹੁੰਦੇ ਸੀ ਕਿ ਜਿਹੜਾ ਚੇਲਾ ਆਪ ਕਹਿੰਦਾ ਸੀ ਕਿ ਮੈਂ ਪ੍ਰਭੂ ਦੇ ਨੇੜੇ ਆ, ਮੈਂ ਪ੍ਰਭੂ ਦੇ ਨੇੜੇ ਆ, ਤਾਂ ਪ੍ਰਭੂ ਜੀ ਨੇ ਉਹਨਾਂ ਨੂੰ ਇਹ ਦੱਸਿਆ ਕਿ ਮੈਂ ਗੁਰੂ ਹੋ ਕੇ ਚੇਲਿਆਂ ਦੇ ਪੈਰ ਧੋਣਾ ਹਾਂ। ਹਾਲੇਲੂਇਆ ਉਹ ਗੁਰੂ ਆਪਣੇ ਆਪ ਨੂੰ ਗੁਰੂ ਵੀ ਨਹੀਂ ਆ, ਜਦੋਂ ਆਪਣੀ ਮਹਿਮਾ ਵੀ ਨਹੀਂ ਕਰਦੇ ਸਨ, ਆਪਣੀ ਵਡਿਆਈ ਵੀ ਨਹੀਂ ਕਰਦੇ ਸਨ, ਪਰ ਉਹਨਾਂ ਦੇ ਵਿੱਚੋਂ ਹਮੇਸ਼ਾ ਆਪਣੇ ਪਿਤਾ ਪਰਮੇਸ਼ਵਰ ਦੀ ਹੀ ਵਡਿਆਈ ਨਿਕਲਦੀ ਸੀ। ਹਾਲੇਲੂਇਆ ਪਰ ਇੱਥੇ ਪ੍ਰਭੂ ਜੀ ਨੇ ਚੇਲਿਆਂ ਦੇ ਪੈਰ ਧੋਤੇ, ਸਾਨੂੰ ਇਹ ਸਿੱਖਿਆ ਮਿਲਦੀ ਹੈ ਇੱਥੋਂ ਕਿ ਸਾਨੂੰ ਕੀ ਆ, ਹਰ ਇੱਕ ਨੂੰ ਕੀ ਆ, ਆਦਰ ਦੇਣਾ ਵਾ। ਹਾਲੇਲੂਇਆ ਜਿਵੇਂ ਅੱਜ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕਿ ਹਰ ਇੱਕ ਇਨਸਾਨ ਆਪਣੇ ਆਪ ਨੂੰ ਵੱਡਾ ਬਣਾਉਣਾ ਚਾਹੁੰਦਾ, ਵੱਡਾ ਕਰਨਾ ਚਾਹੁੰਦਾ, ਪਰ ਸਾਡੇ ਪ੍ਰਭੂ ਯਿਸੂ ਮਸੀਹ ਜੀ ਇੰਨੇ ਵੱਡੇ ਸਨ, ਇੰਨੇ ਅਦਭੁਤ ਸਨ, ਇੰਨਾ ਵੱਡਾ ਉਹਨਾਂ ਕੋਲ ਆਉਂਦਾ ਸੀ, ਪਰ ਫਿਰ ਵੀ ਉਹ ਨੀਵੇਂ ਹੋਏ ਸਾਡੇ ਵਾਸਤੇ। ਹਾਲੇਲੂਇਆ ਕਿਹਦੇ ਵਾਸਤੇ? ਸਾਡੇ ਵਾਸਤੇ। ਅਸੀਂ ਕੀ ਸੀ? ਪਾਪੀ ਸੀ, ਸਾਡੇ ਵਿੱਚ ਕੋਈ ਖੂਬੀ ਨਹੀਂ ਸੀ। ਹਾਲੇਲੂਇਆ ਪ੍ਰਭੂ ਜੀ ਨੇ ਚੇਲਿਆਂ ਦੇ ਪੈਰ ਧੋਤੇ, ਫਿਰ ਉਹ ਅੱਧੂ ਗਾਹਾਂ ਜਾਂਦੇ ਨੇ, ਕਿਸੇ ਜਗ੍ਹਾ ਤੇ ਪ੍ਰਾਰਥਨਾ ਕਰਦੇ ਨੇ। ਜਦੋਂ ਪ੍ਰਭੂ ਜੀ ਇੱਥੇ ਆ ਕੇ ਪ੍ਰਾਰਥਨਾ ਕਰਦੇ ਨੇ, ਪ੍ਰਭੂ ਜੀ 3 ਵਾਰੀ ਪ੍ਰਾਰਥਨਾ ਕਰਦੇ ਨੇ, ਔਰ ਪ੍ਰਭੂ ਯਿਸੂ ਮਸੀਹ ਜੀ ਨੂੰ ਪਤਾ ਕਿ ਮੇਰਾ ਸਮਾਂ ਨੇੜੇ ਆ ਚੁੱਕਿਆ, ਔਰ ਉਹਨਾਂ ਨੇ ਆਪਣੇ ਚੇਲਿਆਂ ਦੇ ਨਾਲ ਗੱਲ ਕਰਦੇ ਹੋਏ ਇਹ ਵੀ ਦੱਸ ਦਿੱਤਾ ਸੀ, ਇਸ਼ਾਰਾ ਵੀ ਪ੍ਰਗਟ ਕੀਤਾ ਸੀ ਕਿ ਮੈਨੂੰ ਤੁਹਾਡੇ ਵਿੱਚੋਂ ਕੋਈ ਇੱਕ ਜਾਣਾ ਫੜਵਾਉਣ ਵਾਲਾ ਹੈ, ਜੋ ਕਿ ਤੁਸੀਂ ਸਾਰੇ ਜਾਣਦੇ ਹੋ ਯਹੂਦਾ ਇਸਕਰੋਤੀ, ਜਿਸਨੇ ਯਿਸੂ ਮਸੀਹ ਨੂੰ ਫੜਵਾਇਆ ਸੀ। ਹਾਲੇਲੂਇਆ ਤਾਂ ਪ੍ਰਭੂ ਜੀ ਇੱਕ ਜਗ੍ਹਾ ਤੇ ਜਾ ਰਹੇ ਨੇ, ਇੱਕ ਨਗਰ ਦੇ ਵਿੱਚ ਪ੍ਰਾਰਥਨਾ ਕਰ ਰਹੇ ਨੇ। ਜਦੋਂ ਪ੍ਰਭੂ ਯਿਸੂ ਮਸੀਹ 3 ਵਾਰ ਪ੍ਰਾਰਥਨਾ ਕਰਦੇ, ਜਦੋਂ ਪਹਿਲੀ ਵਾਰ ਪ੍ਰਾਰਥਨਾ ਕਰਦੇ ਨੇ ਪ੍ਰਭੂ ਯਿਸੂ ਮਸੀਹ, ਜਦੋਂ ਪ੍ਰਾਰਥਨਾ ਕਰਦੇ ਆ ਪਿਤਾ ਪਰਮੇਸ਼ਵਰ ਜੀ ਦੇ ਅੱਗੇ, ਹੇ ਪਿਤਾ ਪਰਮੇਸ਼ਵਰ ਜੀ, ਹੋ ਸਕੇ ਤਾਂ ਮੈਥੋਂ ਇਹ ਪਿਆਲਾ ਪੈ ਜਾਵੇ, ਪਰ ਪ੍ਰਭੂ ਜੀ, ਪਰ ਪਿਤਾ ਇਹਦੇ ਵਿੱਚ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ ਉਹਨਾਂ ਨੇ ਇਸ ਗੱਲ ਨੂੰ ਪਰਮੇਸ਼ਵਰ ਜੀ ਦੇ ਅੱਗੇ ਰੱਖਿਆ। ਉਹ ਪ੍ਰਾਰਥਨਾ ਕਰ ਰਹੇ ਨੇ, ਉਹ ਡਰ ਨਹੀਂ ਰਹੇ ਹੈਗੇ, ਕੀ ਕਹਿ ਰਿਹਾ ਪ੍ਰਭੂ ਜੀ ਤੁਹਾਡੀ, ਆਪਣੇ ਪਰਮੇਸ਼ਵਰ ਪਿਤਾ ਨੂੰ ਕੀ ਕਹਿ ਰਹੇ ਨੇ ਕਿ ਮੇਰੀ ਨਹੀਂ ਪਰਮੇਸ਼ਵਰ ਤੁਹਾਡੀ ਮਰਜ਼ੀ ਪੂਰੀ ਹੋਵੇ। ਫਿਰ ਜਦੋਂ ਉਹ ਪ੍ਰਾਰਥਨਾ ਕਰਕੇ ਆਉਂਦੇ ਆ ਤਾਂ ਚੇਲਿਆਂ ਨੂੰ ਕੀ ਦੇਖਦੇ ਆ? ਸੁੱਤੇ ਪਏ ਆ। ਹਾਲੇਲੂਇਆ ਤਾਂ ਫਿਰ ਪ੍ਰਭੂ ਜੀ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਕਦ ਤਾਂ ਇਹ ਸੁਣੋਗੇ, ਉੱਠੋ ਪ੍ਰਾਰਥਨਾ ਕਰੋ, ਜਾਗਦੇ ਰਹੋ। ਇਹ ਸਾਨੂੰ ਪ੍ਰਭੂ ਜੀ ਦਾ ਵਚਨ ਦੱਸਦਾ ਵੀ ਫਿਰ ਪ੍ਰਭੂ ਦੂਜੇ ਵਾਰ ਪ੍ਰਾਰਥਨਾ ਕਰ ਜਾਂਦੇ ਆ, ਫਿਰ ਉਹ ਪ੍ਰਾਰਥਨਾ ਕਰਦੇ ਆ, ਹੇ ਪਿਤਾ ਪਰਮੇਸ਼ਵਰ ਜੀ, ਹੋ ਸਕੇ ਤਾਂ ਮੈਥੋਂ ਇਹ ਪਿਆਲਾ ਟਲ ਜਾਵੇ, ਪਰ ਪਿਤਾ ਪਰਮੇਸ਼ਵਰ ਦੇ ਵਿੱਚ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ। ਹਾਲੇਲੂਇਆ ਉਹ ਫਿਰ ਜਾਂਦੇ ਚੇਲਿਆਂ ਦੇ ਕੋਲ, ਚੇਲੇ ਫਿਰ ਸੁੱਤੇ ਹੋਏ ਆ। ਹਾਲੇਲੂਇਆ ਹਾਲੇਲੂਇਆ ਤਾਂ ਫਿਰ ਉਹ ਕਹਿੰਦੇ ਕਿ ਪ੍ਰਾਰਥਨਾ ਕਰੋ, ਉਹ ਫਿਰ ਪ੍ਰਭੂ ਜੀ ਫਿਰ ਤੀਜੀ ਵਾਰ ਪ੍ਰਾਰਥਨਾ ਕਰ ਜਾਂਦੇ ਆ, ਫਿਰ ਪ੍ਰਾਰਥਨਾ ਕਰਦੇ ਆ, ਹੇ ਪਿਤਾ ਪਰਮੇਸ਼ਵਰ ਜੀ, ਹੋ ਸਕੇ ਤਾਂ ਮੈਥੋਂ ਇਹ ਪਿਆਲਾ ਟਲ ਜਾਵੇ, ਪਰ ਇਹਦੇ ਵਿੱਚ ਪਰਮੇਸ਼ਵਰ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ। ਜਦੋਂ ਪ੍ਰਾਰਥਨਾ ਕਰਕੇ ਆ ਰਹੇ ਨੇ, ਉਹਨਾਂ ਨੂੰ ਇਸ ਪ੍ਰਾਰਥਨਾ ਉੱਤਰ ਮਿਲਦਾ, ਇੱਕ ਸਵਰਗ ਦੂਤ ਆਉਂਦਾ। ਹਾਲੇਲੂਇਆ 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 ਤਾਂ ਪ੍ਰਭੂ ਯਿਸੂ ਮਸੀਹ ਜਦ ਜਾਂਦੇ ਨੇ ਚੇਲਿਆਂ ਦੇ ਕੋਲ, ਤਾਂ ਉਦੋਂ ਫਿਰ ਉਹ ਪ੍ਰਭੂ ਜੀ ਨੂੰ ਉਹਨਾਂ ਦੇ ਫੜਵਾਉਣ ਵਾਲੇ ਜੋ ਆ ਜਾਂਦੇ ਨੇ। ਹਾਲੇਲੂਇਆ ਹਾਲੇਲੂਇਆ ਤਾਂ ਉੱਥੇ ਪ੍ਰਭੂ ਜੀ ਨੂੰ ਫੜ ਕੇ ਲੈ ਕੇ ਜਾ ਰਹੇ ਨੇ, ਤੇ ਉਦੋਂ ਉੱਥੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫੜਵਾਉਣ ਵਾਲਾ ਕੌਣ ਸੀਗਾ? ਯਹੂਦਾ ਇਸਕਰੋਤੀ। ਅੱਜ ਵੀ ਸੰਸਾਰ ਦੇ ਵਿੱਚ ਲੋਕ ਕੀ ਆ, ਮਸੀਹ ਦੇ ਵਿੱਚ ਚੱਲਣ ਵਾਲੇ ਲੋਕ ਹਨ, ਅਜਿਹੇ ਹਨ ਕਿ ਇੱਕ ਦੂਜੇ ਦੀਆਂ ਗੱਲਾਂ ਨੂੰ ਫੜ ਰਹੇ ਹਨ, ਉਹਨਾਂ ਦੀਆਂ ਕਮੀਆਂ ਨੂੰ ਕੱਢ ਰਹੇ ਹਨ। ਹਾਲੇਲੂਇਆ ਪਰ ਸਾਨੂੰ ਬੱਚੇ ਨੇ ਇਹ ਚੀਜ਼, ਇਹ ਗੱਲਾਂ ਕਰਨ ਦੀ ਕੋਈ ਵੀ ਇਜਾਜ਼ਤ ਨਹੀਂ ਦਿੰਦਾ। ਹਾਲੇਲੂਇਆ ਸਾਨੂੰ ਇੱਕ ਦੂਜੇ ਦਾ ਕੀ ਕਰਨਾ? ਆਦਰ ਕਰਨਾ। ਯਿਸੂ ਮਸੀਹ ਜੀ ਨੂੰ ਫੜਵਾਇਆ ਗਿਆ, ਯਿਸੂ ਮਸੀਹ ਜੀ ਨੂੰ ਦਾੜੀ ਤੋਂ ਖਿੱਚ ਖਿੱਚ ਕੇ ਲਿਜਾਇਆ ਗਿਆ, ਉਹਨਾਂ ਨੂੰ ਬਹੁਤ ਜ਼ਿਆਦਾ ਮਾਰਿਆ ਗਿਆ, ਕੁੱਟਿਆ ਗਿਆ, ਉਹਨਾਂ ਦਾੜੀ ਨੂੰ ਖਿੱਚਿਆ ਗਿਆ, ਉਹਨਾਂ ਦੇ ਕੋੜੇ ਮਾਰੇ ਗਏ, ਇੰਨੇ ਕੋੜੇ ਮਾਰੇ ਗਏ, 39 ਕੋੜੇ ਮਾਰੇ ਗਏ। ਜਦ ਉਹਨਾਂ ਤੇ ਕੋੜਾ ਮਾਰਿਆ ਜਾਂਦਾ ਸੀ ਤਾਂ ਉਹਨਾਂ ਦੀ ਚਮੜੀ ਵੀ ਨਾਲ ਲੱਥਦੀ ਸੀ, ਇੰਨਾ ਲਹੂ ਲੁਹਾਣ ਉਹਨਾਂ ਦਾ ਕੀਤਾ ਗਿਆ, ਉਹਨਾਂ ਸਿਰ ਉੱਤੇ ਕੰਡਿਆ ਤਾਜ ਰੱਖਿਆ ਗਿਆ, ਔਰ ਜਦੋਂ ਉਹਨਾਂ ਦੀ ਚਮੜੀ ਨੂੰ ਉਧੇੜ ਦਿੱਤਾ, ਉਹਨਾਂ ਦੀ ਸਾਰੀ ਖੱਲ ਨੂੰ ਉਧੇੜ ਦਿੱਤਾ, ਪਿੱਠ ਦੀ ਖੱਲ ਨੂੰ ਉਧੇੜ ਦਿੱਤਾ, ਤਾਂ ਉਸੇ ਪਿੱਠ ਦੇ ਉੱਤੇ ਉਹ ਸਲੀਬ ਨੂੰ ਚੁੱਕ ਕੇ ਲੈ ਕੇ ਜਾ ਰਹੇ ਸਨ। ਹਾਲੇਲੂਇਆ
ਇੰਨਾ ਵੱਡਾ ਉਹਨਾਂ ਨੇ ਸਾਡੇ ਲਈ ਇੰਨਾ ਵੱਡਾ ਸਾਡੇ ਲਈ ਦੁੱਖ ਸਿਹਾ ਕਾਹਦੇ ਵਾਸਤੇ ਤਾਂ ਕਿ ਸਾਨੂੰ ਮਾਫ਼ੀ ਮਿਲ ਸਕੇ ਤਾਂ ਕਿ ਸਾਨੂੰ ਸ਼ਿਫਾ ਮਿਲ ਸਕੇ ਤਾਂ ਕਿ ਸਾਡਾ ਮੇਲ ਮਿਲਾਪ ਪਰਮੇਸ਼ਵਰ ਜੀ ਦੇ ਨਾਲ ਹੋ ਸਕੇ ਤਾਂ ਕਿ ਅਸੀਂ ਇੱਕ ਚੰਗਾ ਜੀਵਨ ਬਤੀਤ ਕਰ ਸਕੀਏ ਹਾਲੇਲੂਯਾ ਇੰਨੀ ਦਰਦਨਾਇਕ ਮੌਤ ਕੋਈ ਵੀ ਇਨਸਾਨ ਅੱਜ ਆਪਾਂ ਦੇਖੀਏ ਸਾਡੇ ਵਾਸਤੇ ਨਹੀਂ ਸਹਿ ਸਕਦਾ ਹਾਲੇਲੂਯਾ ਇਸ ਸੰਸਾਰ ਦੇ ਵਿੱਚ ਲੋਕ ਕਹਿ ਦਿੰਦੇ ਆ ਕਿ ਮੈਂ ਤੇਰੇ ਲਈ ਜਾਨ ਦੇਵਾਂਗਾ ਪਰ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਵਰਲਡ ਦੇ ਵਿੱਚ ਪਾਪੀਆਂ ਦੇ ਵਾਸਤੇ ਗੁਨਾਹਗਾਰਾਂ ਦੇ ਵਾਸਤੇ ਸਿਰਫ ਇੱਕ ਹੀ ਅਜਿਹਾ ਧਰਤੀ ਤੇ ਇੱਕ ਅਵਤਾਰ ਆਇਆ ਉਹ ਹੈ ਧੰਨ ਸੁਣ ਸਤਿਗੁਰ ਪ੍ਰਭੂ ਯਿਸੂ ਮਸੀਹ ਜਿਸ ਨੇ ਆਪ ਬਲੀਦਾਨ ਦਿੱਤਾ ਆਪਣਾ ਸਰੀਰ ਕੁਰਬਾਨ ਕਰ ਦਿੱਤਾ ਉਹਦੇ ਨਾਲ ਕੀ ਉਹ ਈਰਖਾ ਨੂੰ ਰੱਖਦਾ ਪਰ ਪਰਮੇਸ਼ਵਰ ਮਸੀਹ ਜੀ ਕਿੰਨੀ ਮੁਹੱਬਤ ਕਰਦੇ ਆ ਪਾਪੀਆਂ ਨੂੰ ਵੀ ਹਾਲੇਲੂਯਾ ਉਹ ਚਾਹੁੰਦੇ ਆ ਕਿ ਕੋਈ ਵੀ ਜਾਨ ਨਾਸ਼ ਨਾ ਹੋਵੇ ਉਹ ਚਾਹੁੰਦੇ ਆ ਕਿ ਹਰ ਇੱਕ ਜਾਨ ਕਿੱਦਾਂ ਕੀ ਹੋਵੇ ਬਚਾਓ ਕੀਤਾ ਜਾਵੇ ਹਾਲੇਲੂਯਾ ਪ੍ਰਭੂ ਯਿਸੂ ਮਸੀਹ ਜੀ ਨੂੰ ਜਦ ਸੂਲੀ ਉੱਤੇ ਚੜਾਇਆ ਜਾ ਰਿਹਾ ਉਹਨਾਂ ਦੇ ਹੱਥਾਂ ਦੇ ਵਿੱਚ ਕਿੱਦਾਂ ਉਹ ਠੋਕਿਆ ਗਿਆ ਪੈਰਾਂ ਦੇ ਵਿੱਚ ਕਿੱਦਾਂ ਉਹ ਠੋਕਿਆ ਗਿਆ ਸਿਰ ਦੇ ਉੱਤੇ ਫੱਟਾ ਕਾਜ ਰੱਖਿਆ ਗਿਆ ਔਰ ਲੋਕ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ ਉਹ ਜੋ ਉਹਨਾਂ ਨੂੰ ਸਲੀਬ ਦੇ ਉੱਤੇ ਚੜਾ ਰਹੇ ਨੇ ਸੈਨਿਕ ਜੋ ਵੀ ਉਹਦਾ ਮਜ਼ਾਕ ਉਡਾ ਰਹੇ ਨੇ ਕਿ ਤੂੰ ਕੀ ਆ ਯਹੂਦੀਆਂ ਦਾ ਰਾਜਾ ਤੂੰ ਯਹੂਦੀਆਂ ਦਾ ਰਾਜਾ ਤੂੰ ਪਰਮੇਸ਼ਵਰ ਨੂੰ ਮੰਨਦਾ ਹੁਣ ਤੂੰ ਹੇਠਾਂ ਕੇ ਦਿਖਾ ਹਾਲੇਲੂਯਾ ਹਾਲੇਲੂਯਾ ਕਿੰਨਾ ਵੱਡਾ ਮਖੌਲ ਉਡਾਇਆ ਜਾ ਰਿਹਾ ਕਿੰਨਾ ਵੱਡਾ ਮਜ਼ਾਕ ਉਡਾਇਆ ਜਾ ਰਿਹਾ ਹਾਲੇਲੂਯਾ ਪਰ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਵੀ ਉਹਨਾਂ ਨੂੰ ਛੁਟਕਾਰ ਨਹੀਂ ਦਿੱਤੀ ਹਾਲੇਲੂਯਾ ਸਲੀਬ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਸੱਤ ਵਚਨ ਕਹੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਹਾਲੇਲੂਯਾ ਜੇਕਰ ਆਪਾਂ ਨੂੰ ਕੋਈ ਵੀ ਇਨਸਾਨ ਤਕਲੀਫ ਦਿੰਦਾ ਦੁੱਖ ਦਿੰਦਾ ਅਸੀਂ ਇਨਸਾਨ ਹੋ ਕੇ ਦੂਸਰੇ ਇਨਸਾਨ ਦੇ ਲਈ ਕੀ ਕਰਦੇ ਹਾਂ ਇੱਕ ਬਦਦੁਆ ਨੂੰ ਕੱਢਦੇ ਹਾਂ ਪਰ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚੋਂ ਸਾਨੂੰ ਕੁਝ ਅਜਿਹੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਨੇ ਕਿਸੇ ਨੂੰ ਵੀ ਬਦਦੁਆ ਨਹੀਂ ਦਿੱਤੀ ਉਹਨਾਂ ਨੂੰ ਆਸ਼ੀਸ਼ ਹੀ ਬੋਲੀ ਆ ਪ੍ਰਭੂ ਯਿਸੂ ਮਸੀਹ ਸੱਚ ਹੈ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵੱਡੀ ਖਾਸੀਅਤ ਹੈ ਵੱਡੀ ਖੂਬੀ ਆ ਯਿਸੂ ਮਸੀਹ ਸ਼ਬਦ ਜੋ ਕੀ ਆ ਸੱਚਾ ਹੈ ਜੋ ਸੱਚ ਹੈ ਹਾਲੇਲੂਯਾ ਸੱਚ ਦਾ ਮੀਨਿੰਗ ਕੀ ਆ ਕਿ ਜੋ ਬੋਲਣਾ ਉਹੀ ਕਰਨਾ ਪ੍ਰਭੂ ਯਿਸੂ ਮਸੀਹ ਜੀ ਜੋ ਬੋਲਦੇ ਸਨ ਉਹੀ ਕਰਦੇ ਸਨ ਹਾਲੇਲੂਯਾ ਉਹ ਜੋ ਬੋਲਦੇ ਸਨ ਉਹੀ ਕਰਦੇ ਸਨ ਤੇ ਉਹਨਾਂ ਨੇ ਕਰਕੇ ਵੀ ਦਿਖਾਇਆ ਹਾਲੇਲੂਯਾ ਉਹਨਾਂ ਨੇ ਕਿਹਾ ਸੀ ਪ੍ਰੇਮ ਕਰੋ ਹਾਲੇਲੂਯਾ ਉਹਨਾਂ ਨੇ ਆਗਿਆਕਾਰੀ ਦੀ ਕੀਤੀ ਆਪਣੇ ਪਿਤਾ ਪਰਮੇਸ਼ਵਰ ਦੀ ਅੰਤਰੀ ਸਹਾਦੀ ਕਰਦੀ ਸਾਰੀ ਮੁੱਖਾਂ ਦੇ ਨਾਲ ਉਹਨਾਂ ਨੇ ਪਿਆਰ ਕੀਤਾ ਵੈਰੀਅਤ ਨਾਲ ਵਿਰੋਧੀ ਨਾਲ ਪਾਪ ਕੇ ਮਤਲਬ ਕੋਈ ਵੀ ਵੈਰੀ ਨਹੀਂ ਸੀ ਵਿਰੋਧੀ ਨਹੀਂ ਸੀ ਪਰ ਜਿਹਨਾਂ ਨੂੰ ਸਲੀਬ ਦੇ ਰਹੇ ਸੀ ਉਹਨਾਂ ਨੂੰ ਤਾਨੇ ਮੇਰੇ ਦੇ ਰਹੇ ਸੀ ਉਹਨਾਂ ਨੂੰ ਥੁੱਕ ਰਹੇ ਸੀ ਉਹਨਾਂ ਦਾੜੀ ਨੂੰ ਪੁੱਟ ਰਹੇ ਸੀ ਉਹਨਾਂ ਨੂੰ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕੀਤਾ ਫਿਟਕਾਰਿਆ ਨਹੀਂ ਉਹਨਾਂ ਨੂੰ ਬਦਦੁਆ ਨਹੀਂ ਦਿੱਤੀ ਉਹਨਾਂ ਨੂੰ ਆਸ਼ੀਸ਼ ਹੀ ਦਿੱਤੀ ਹਾਲੇਲੂਯਾ ਸਲੀਬ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਜੋ ਸੱਤ ਵਚਨ ਕਹੇ ਹਨ ਉਹਦੇ ਵਿੱਚੋਂ ਪਹਿਲਾ ਹੈ ਲੂਕਾ 23:34 ਹਾਲੇਲੂਯਾ ਉੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਮਾਫ਼ੀ ਦੇ ਸ਼ਬਦ ਬੋਲੇ ਹਾਲੇਲੂਯਾ ਜਦੋਂ ਪ੍ਰਭੂ ਜੀ ਨੇ ਕਿਹਾ ਹੇ ਪਿਤਾ ਉਹਨਾਂ ਨੂੰ ਮਾਫ਼ ਕਰ ਕਿਉਂ ਜੋ ਇਹ ਨਹੀਂ ਜਾਣਦੇ ਪਈ ਕੀ ਕਰਦੇ ਹਨ ਜਦੋਂ ਪ੍ਰਭੂ ਜੀ ਨੂੰ ਸਲੀਬ ਤੇ ਚੜਾਇਆ ਗਿਆ ਤਾਂ ਜਿਹੜੇ ਸੈਨਿਕ ਸਨ ਹੋਰ ਲੋਕ ਸਨ ਉਹਨਾਂ ਦਾ ਮਜ਼ਾਕ ਉਡਾ ਰਹੇ ਸਨ ਕਿ ਤੂੰ ਹੇਠਾਂ ਕੇ ਦਿਖਾ ਤੂੰ ਪਿਤਾ ਪਰਮੇਸ਼ਵਰ ਦਾ ਬੇਟਾ ਤੁਹਾਨਾ ਆਪਣੇ ਆਪ ਨੂੰ ਤੂੰ ਹੁਣ ਤੂੰ ਸਲੀਬ ਤੋਂ ਹੇਠਾਂ ਉਤਰ ਗਿਆ ਪਰ ਪ੍ਰਭੂ ਜੀ ਨੇ ਕਿਹਾ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂ ਜੋ ਇਹ ਨਹੀਂ ਜਾਣਦੇ ਹੇ ਕੀ ਕਰਦੇ ਹਨ ਹਾਲੇਲੂਯਾ ਦੂਜਾ ਜੋ ਪ੍ਰਭੂ ਜੀ ਨੇ ਸ਼ਬਦ ਬੋਲਿਆ ਉਹ ਹੈ ਲੂਕਾ 23:43 ਮੁਕਤੀ ਦੇ ਸ਼ਬਦ ਹਾਲੇਲੂਯਾ ਜਿੱਥੇ ਲਿਖਿਆ ਮੈਂ ਤੈਨੂੰ ਸੱਤ ਆਖਦਾ ਹਾਂ ਭਾਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਗਾ ਇੱਥੇ ਕੀ ਹੈ ਜਦੋਂ ਪ੍ਰਭੂ ਜੀ ਨੂੰ ਸਲੀਬ ਉੱਤੇ ਚੜਾਇਆ ਗਿਆ ਉਹਨਾਂ ਦੇ ਸੱਜੇ ਤੇ ਖੱਬੇ ਦੋ ਡਾਕੂਆਂ ਨੂੰ ਵੀ ਸਲੀਬ ਤੇ ਚੜਾਇਆ ਗਿਆ ਸੀ ਹਾਲੇਲੂਯਾ ਉਹਨਾਂ ਦਾ ਕੋਈ ਪਾਪ ਸੀ ਉਹਨਾਂ ਨੂੰ ਉਹਨਾਂ ਨੇ ਕੋਈ ਗੁਨਾਹ ਕੀਤਾ ਸੀ ਉਹਦੀ ਸਜ਼ਾ ਭੁਗਤ ਰਹੇ ਸਨ ਪ੍ਰਭੂ ਯਿਸੂ ਮਸੀਹ ਪਵਿੱਤਰ ਸਨ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਸੀ ਉਹਨਾਂ ਦੇ ਆਲੇ ਦੁਆਲੇ ਦੋ ਡਾਕੂਆਂ ਨੂੰ ਵੀ ਸਲੀਬ ਦਿੱਤੀ ਗਈ ਸੀ ਔਰ ਉਹ ਡਾਕੂ ਗੱਲਾਂ ਕਰ ਰਹੇ ਹਨ ਇੱਕ ਡਾਕੂ ਪ੍ਰਭੂ ਯਿਸੂ ਮਸੀਹ ਜੀ ਨੂੰ ਕਹਿੰਦਾ ਤੂੰ ਤਾਂ ਕੀ ਆ ਪਿਤਾ ਪਰਮੇਸ਼ਵਰ ਦਾ ਪੁੱਤਰ ਆ ਹਾਲੇਲੂਯਾ ਹਾਲੇਲੂਯਾ ਤੂੰ ਤਾਂ ਆਪਣੇ ਆਪ ਨੂੰ ਬਚਾ ਸਕਦਾ ਹਾਲੇਲੂਯਾ ਪਰ ਜੋ ਦੂਸਰਾ ਡਾਕੂ ਆ ਉਹ ਕਹਿ ਰਿਹਾ ਗਾ ਉਹ ਦੂਸਰੇ ਨੂੰ ਕਹਿ ਰਿਹਾ ਕਿ ਅਸੀਂ ਤਾਂ ਆਪਣੇ ਪਾਪਾਂ ਦੀ ਸਜ਼ਾ ਭੁਗਤ ਰਹੇ ਹਾਂ ਪਰ ਇਹ ਇਨਸਾਨ ਕੀ ਆ ਪੂਰਾ
ਪਵਿੱਤਰ ਆ, ਇਹਨਾਂ ਦਾ ਕੋਈ ਪਾਪ ਵੀ ਨਹੀਂ ਕੀਤਾ। ਹਾਲੇਲੂਯਾ। ਤਾਂ ਪ੍ਰਭੂ ਜੀ ਉੱਥੇ ਉਹਨਾਂ ਨੂੰ ਕਹਿ ਰਹੇ ਆ, ਉਸ ਡਾਕੂ ਨੂੰ ਕਹਿ ਰਹੇ ਆ ਕਿ ਮੈਂ ਤੈਨੂੰ ਸੱਤ ਆਖਦਾ ਹਾਂ ਭਾਈ ਤੂੰ ਅੱਜ ਮੇਰੇ ਸੰਗ ਸੁਰਗ ਰਾਜ ਦੇ ਵਿੱਚ ਹੋਵੇਗਾ। ਹਾਲੇਲੂਯਾ ਹਾਲੇਲੂਯਾ। ਇਹ ਹਨ ਮੁਕਤੀ ਦੇ ਸ਼ਬਦ। ਥਰਡ ਯੋਹੰਨਾ 1:19-27, ਜਿਹਦੇ ਵਿੱਚ ਪ੍ਰਭੂ ਜੀ ਨੇ ਪਿਆਰ ਤੇ ਦੇਖਭਾਲ ਦੇ ਸ਼ਬਦਾਂ ਨੂੰ ਬਿਆਨ ਕੀਤਾ। ਹਾਲੇਲੂਯਾ। ਜਿੱਥੇ ਪ੍ਰਭੂ ਜੀ ਕਹਿ ਰਹੇ ਹਨ, ਹੇ ਬੀਬੀ ਉਹ ਵੇਖ ਤੇਰਾ ਪੁੱਤਰ, ਔਰ ਇੱਕ ਚੇਲੇ ਨੂੰ ਕਹਿ ਰਹੇ ਹਨ, ਉਹ ਵੇਖ ਤੇਰੀ ਮਾਤਾ। ਹਾਲੇਲੂਯਾ ਹਾਲੇਲੂਯਾ। ਤਾਂ ਇੱਥੇ ਕੀ ਆ, ਉੱਥੇ ਪ੍ਰਭੂ ਯਿਸੂ ਮਸੀਹ ਜੀ ਦੀ ਮਾਤਾ ਜੋ ਮਰੀਮ ਆ, ਉਹ ਉੱਥੇ ਖੜੀ ਰੋ ਰਹੀ ਆ। ਤਾਂ ਪ੍ਰਭੂ ਜੀ ਕਹਿ ਰਹੇ ਹਨ, ਇੱਕ ਚੇਲੇ ਨੂੰ ਕਹਿ ਰਹੇ ਹਨ ਕਿ ਹੁਣ ਤੇਰਾ ਇਹ ਪੁੱਤਰ ਆ, ਔਰ ਚੇਲੇ ਨੂੰ ਕੀ ਕਹਿ ਰਹੇ ਹਨ, ਇਹ ਤੇਰੀ ਮਾਤਾ ਹੈ। ਹਾਲੇਲੂਯਾ। ਅੱਜ ਫਿਰ ਚੇਲੇ ਨੂੰ ਕਿਹਾ ਕਿ ਉਹ ਵੇਖ ਤੇਰੀ ਮਾਤਾ ਹੈ। ਇੱਥੇ ਪ੍ਰਭੂ ਜੀ ਨੇ ਕੀ ਆ, ਆਪਣੀ ਮਾਤਾ ਨੂੰ ਇੱਕ ਪੁੱਤਰ ਬਾਰੇ ਦੱਸ ਦਿੱਤਾ ਕਿ ਅੱਜ ਤੋਂ ਤੇਰਾ ਇਹ ਪੁੱਤਰ ਆ, ਔਰ ਚੇਲੇ ਨੂੰ ਕਹਿ ਦਿੱਤਾ ਕਿ ਅੱਜ ਤੋਂ ਤੇਰੀ ਇਹ ਮਾਤਾ। ਭਾਵ ਕਿ ਪਿਆਰ ਤੇ ਦੇਖਭਾਲ ਦੇ ਸ਼ਬਦ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਬੋਲੇ। ਤੇ ਚੌਥਾ ਜੋ ਪ੍ਰਭੂ ਜੀ ਨੇ ਸ਼ਬਦ ਜੋ ਬੋਲਿਆ, ਉਹ 27:4 ਵਿੱਚ ਦੇਖਦੇ ਆ, ਜਿੱਥੇ ਆਤਮਿਕ ਦੁੱਖਾਂ ਦੇ ਸ਼ਬਦ ਹਨ। ਹਾਲੇਲੂਯਾ। ਉੱਥੇ ਪ੍ਰਭੂ ਜੀ ਕਹਿੰਦੇ ਹਨ, ਏਲੀ ਲੰਮਾ ਸ਼ਬਦਾਨੀ, ਜਿਹਦਾ ਅਰਥ ਹੈ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ। ਹਾਲੇਲੂਯਾ। ਇੱਥੇ ਪ੍ਰਭੂ ਯਿਸੂ ਮਸੀਹ ਜੀ ਆਪਣੇ ਪਿਤਾ ਪਰਮੇਸ਼ਵਰ ਨੂੰ ਪੁਕਾਰ ਰਹੇ ਆ। ਹਾਲੇਲੂਯਾ। ਆਤਮਿਕ ਦੁੱਖ ਦੇ ਵਿੱਚ ਆ, ਉਹ ਆਤਮਿਕ ਦੁੱਖ ਦੇ ਵਿੱਚ ਕਿਉਂ ਆ, ਕਿਉਂਕਿ ਜੋ ਪਰਮੇਸ਼ਵਰ ਜੀ ਹਨ, ਉਹ ਕੀ ਆ, ਪਵਿੱਤਰਤਾਈ ਵਾਲੇ ਪਰਮੇਸ਼ਵਰ ਜੀ ਹਨ। ਉਹ ਕੀ ਆ, ਬੁਰਿਆਈ ਨੂੰ ਨਹੀਂ ਦੇਖ ਸਕਦੇ ਸਨ, ਪਰ ਜੋ ਪ੍ਰਭੂ ਯਿਸੂ ਮਸੀਹ ਜੀ ਹਨ, ਉਹ ਪੂਰੇ ਪਵਿੱਤਰ ਆ। ਉਹਨਾਂ ਉੱਤੇ ਫਿਰ ਵੀ ਕੀ ਆ, ਇਹ ਕਿੰਨੀ ਵੱਡੀ ਸਜ਼ਾ ਉਹਨਾਂ ਦੇ ਉੱਤੇ ਆਈ। ਹਾਲੇਲੂਯਾ। ਕਾਹਦੇ ਕਰਕੇ, ਸਾਡੇ ਪਾਪਾਂ ਕਰਕੇ। ਤਾਂ ਪਰਮੇਸ਼ਵਰ ਜੀ ਤੋਂ ਇਹ ਨਹੀਂ ਦੇਖ ਹੋ ਰਿਹਾ। ਹਾਲੇਲੂਯਾ। ਔਰ ਪ੍ਰਭੂ ਜੀ ਨੂੰ ਇਹ ਆ ਕਿ ਮੇਰਾ ਪਰਮੇਸ਼ਵਰ ਆ, ਜੋ ਮੇਰਾ ਪਿਤਾ ਹੈ, ਉਹ ਮੈਥੋਂ ਕਦੇ ਵੀ ਦੂਰ ਨਾ ਹੋਵੇ। ਹਾਲੇਲੂਯਾ। ਫਿਫਥ ਜੋ ਪੰਜਵਾਂ ਹੈ, ਯੋਹੰਨਾ 19:28 ਦੇ ਵਿੱਚ ਦੇਖਦੇ ਆ, ਸਰੀਰਕ ਦੁੱਖਾਂ ਦੇ ਸ਼ਬਦ। ਇੱਥੇ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਹਨ, ਮੈਂ ਸਿਹਾਇਆ ਹਾਂ, ਮੈਂ ਪਿਆਸਾ ਹਾਂ। ਹਾਲੇਲੂਯਾ। ਇੱਥੇ ਪ੍ਰਭੂ ਜੀ ਨੇ ਸਲੀਬ ਦੇ ਉੱਤੇ ਕੀਆ, ਜੋ ਪੰਜਵਾਂ ਸ਼ਬਦ ਆਪਣੀ ਮੂੰਹੋਂ ਕੱਢਿਆ। ਹਾਲੇਲੂਯਾ। ਉਸ ਤੋਂ ਛੇਵਾਂ ਹੈ ਜੋ ਯੋਹੰਨਾ 19:30 ਦੇ ਵਿੱਚ, ਜਿੱਤ ਦੇ ਸ਼ਬਦ। ਹਾਲੇਲੂਯਾ। ਜਿੱਤ ਦੇ ਸ਼ਬਦ ਇੱਥੇ ਪ੍ਰਭੂ ਜੀ ਬੋਲਦੇ ਆ, ਪੂਰਾ ਹੋਇਆ, ਜੋ ਪ੍ਰਭੂ ਜੀ ਦੇ ਰਾਹੀ ਕੰਮ ਹੋਣਾ ਸੀ, ਜੋ ਸਾਰਾ ਪ੍ਰਭੂ ਜੀ ਨੇ ਕਰਨਾ ਸੀ, ਉਹ ਪ੍ਰਭੂ ਜੀ ਨੇ ਕਿਹਾ ਪੂਰਾ ਹੋਇਆ। ਜੋ ਪਿਤਾ ਪਰਮੇਸ਼ਵਰ ਜੀ ਦੇ ਵੱਲੋਂ ਉਹਨਾਂ ਦੇ ਉੱਤੇ ਕੀ ਆ, ਇਹ ਵੱਡੀ ਸਾਰੀ ਜੋ ਤਾੜਨਾ ਕਾਹਦੇ ਕਰਕੇ ਪਾਈ ਗਈ, ਤਾਂ ਕਿ ਜਿਹੜੇ ਲੋਕ ਨੇ, ਜਿਹੜੇ ਗੁਨਾਹਗਾਰ ਨੇ, ਜਿਹੜੇ ਪਾਪੀ ਨੇ, ਯਿਸੂ ਮਸੀਹ ਦੇ ਰਾਹੀਂ ਹੋ ਕੇ ਪਰਮੇਸ਼ਵਰ ਜੀ ਦੇ ਨਾਲ ਮੇਲ ਮਿਲਾਪ ਹੋ ਸਕੇ। ਤਾਂ ਪ੍ਰਭੂ ਜੀ ਨੇ ਇੱਥੇ ਕਿਹਾ ਕਿ ਪੂਰਾ ਹੋਇਆ, ਪ੍ਰਭੂ ਜੀ ਨੇ ਆਪਣਾ ਕੰਮ ਕਰ ਦਿੱਤਾ। ਹਾਲੇਲੂਯਾ ਹਾਲੇਲੂਯਾ। ਨੈਕਸਟ ਸੱਤਵਾਂ ਹੈ, ਲੂਕਾ 23:6 ਦੇ ਵਿੱਚ, ਭਗਤੀ ਤੇ ਭਰੋਸੇ ਦੇ ਸ਼ਬਦ ਬੋਲੇ। ਹਾਲੇਲੂਯਾ। ਇੱਥੇ ਪ੍ਰਭੂ ਜੀ ਕਹਿੰਦੇ ਹਨ, ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ। ਹਾਲੇਲੂਯਾ। ਇਹ ਜੋ ਲਾਸਟ ਸੱਤਵਾਂ ਵਚਨ ਜੋ ਪ੍ਰਭੂ ਜੀ ਨੇ ਸਲੀਬ ਦੇ ਉੱਤੇ ਬੋਲਿਆ, ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀ ਸੌਂਪਦਾ ਹਾਂ। ਇੱਥੇ ਪ੍ਰਭੂ ਜੀ ਨੇ ਆਪਣਾ ਆਤਮਾ ਪਰਮੇਸ਼ਵਰ ਜੀ ਦੇ ਹੱਥੀ ਸੌਂਪਿਆ, ਔਰ ਆਪਣੇ ਪ੍ਰਾਣ ਤਿਆਗ ਦਿੱਤੇ। ਹਾਲੇਲੂਯਾ। ਤਾਂ ਇਹ ਸੀ ਸਲੀਬੀ ਮੌਤ। ਸਲੀਬ ਦੇ ਉੱਤੇ ਪਰਮੇਸ਼ਵਰ ਜੀ ਦੇ ਪੁੱਤਰ ਯਿਸੂ ਮਸੀਹ ਜੀ ਨੇ ਸੱਤ ਵਚਨ ਬੋਲੇ। ਹਾਲੇਲੂਯਾ ਹਾਲੇਲੂਯਾ। ਇਹ ਸੱਤ ਵਚਨ ਬੋਲਣ ਇਹ ਜੋ ਸੱਤ ਵਚਨ ਬੋਲਿਆ, ਇਹਨਾਂ ਦੇ ਵਿੱਚੋਂ ਸਾਨੂੰ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਸਿੱਖਣ ਨੂੰ ਮਿਲਦਾ, ਕਿੰਨੀਆਂ ਕਿੰਨੀਆਂ ਵੱਡੀਆਂ ਗੱਲਾਂ ਨੂੰ ਸਿੱਖੀਆਂ, ਕਿ ਪ੍ਰਭੂ ਜੀ ਨੇ ਸਾਨੂੰ ਮਾਫ ਕਰਨ ਦੇ ਲਈ ਸੰਦੇਸ਼ ਦਿੱਤਾ, ਪਿਆਰ ਕਰਨ ਦੇ ਲਈ ਸੰਦੇਸ਼ ਦਿੱਤਾ। ਹਾਲੇਲੂਯਾ। ਔਰ ਪਰਮੇਸ਼ਵਰ ਜੀ ਦੇ ਹੱਥਾਂ ਦੇ ਵਿੱਚ ਸੌਂਪਣ ਦੇ ਲਈ ਸੰਦੇਸ਼ ਦਿੱਤਾ। ਹਾਲੇਲੂਯਾ। ਪ੍ਰਭੂ ਜੀ ਨੇ ਕੀ ਆ, ਕਿਹਾ ਕਿ ਪੂਰਾ ਹੋਇਆ, ਪ੍ਰਭੂ ਜੀ ਸਾਡੇ ਵਾਸਤੇ ਸਾਰਾ ਕੁਝ ਕੀ ਆ, ਪੂਰਾ ਕਰ ਚੁੱਕੇ ਆ। ਹਾਲੇਲੂਯਾ। ਉਹ ਸਾਨੂੰ ਪੂਰਾ ਦੇਣਾ ਚਾਹੁੰਦੇ ਆ। ਹਾਲੇਲੂਯਾ। ਅੱਜ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਪਾਪਾਂ ਤੋਂ ਕੀ ਕਰੀਏ, ਤੌਬਾ ਕਰੀਏ, ਪਛਤਾਵਾ ਕਰੀਏ, ਫਿਰ ਕਿ ਅਸੀਂ ਕਿੱਧਰ ਨੂੰ ਜਾਈਏ, ਪ੍ਰਭੂ ਜੀ ਵੱਲ ਚੁੱਕੀਏ। ਹਾਲੇਲੂਯਾ ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਲਈ ਸਲੀਬੀ ਮੌਤ ਨੂੰ ਸਿਹਾ, ਇਹ ਬਹੁਤ ਹੀ ਦੁੱਖਦਾਇਕ ਮੌਤ ਆ। ਹਾਲੇਲੂਯਾ। ਉਹਨਾਂ ਸਮਿਆਂ ਦੇ ਵਿੱਚ ਇਸ ਮੌਤ ਤੋਂ ਲੋਕ ਬਹੁਤ ਡਰਦੇ ਸਨ। ਹਾਲੇਲੂਯਾ ਹਾਲੇਲੂਯਾ। ਕਿਉਂਕਿ ਜੋ ਸਲੀਬੀ ਮੌਤ ਸੀ, ਇਸ ਮੌਤ ਤੋਂ ਲੋਕ ਬਹੁਤ ਡਰਦੇ ਸਨ। ਹਾਲੇਲੂਯਾ।
ਪ੍ਰਭੂ ਯਿਸੂ ਮਸੀਹ ਜੀ ਨੂੰ ਇਤੋਂ ਪਹਿਲਾਂ ਕਿੰਨਾ ਕੁੱਟਿਆ ਗਿਆ ਸੀ, ਮਾਰਿਆ ਗਿਆ ਸੀ, ਕੋੜੇ ਮਾਰੇ ਗਏ ਸੀ, ਉਹਨਾਂ ਦੀ ਚਮੜੀ ਨੂੰ ਉਧੇੜ ਦਿੱਤਾ ਗਿਆ ਸੀ, ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ, ਉਹਨਾਂ ਨੂੰ ਕਿੰਨਾ ਜ਼ਿਆਦਾ ਕਿੰਨਾ ਠੱਠਾ ਕੀਤਾ ਗਿਆ, ਮਜ਼ਾਕ ਉਡਾਇਆ ਗਿਆ। ਹਾਲੇਲੂਯਾ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਸਾਰਾ ਕੁਝ ਸਹਿਣ ਕੀਤਾ, ਕਿਹਦੇ ਵਾਸਤੇ? ਸਾਡੇ ਵਾਸਤੇ। ਅੱਜ ਅਸੀਂ ਜਿੰਨੇ ਵੀ ਸੁਣ ਰਹੇ ਹਾਂ, ਸਾਨੂੰ ਇਹ ਸੁਣ ਕੇ ਇਹ ਅਹਿਸਾਸ ਹੋਣਾ ਚਾਹੀਦਾ ਕਿ ਸਾਡੇ ਵਾਸਤੇ ਇੱਕ ਅਵਤਾਰ ਸਤਿਗੁਰ ਯਿਸੂ ਮਸੀਹ ਜੀ ਨੇ ਸਾਡੇ ਵਾਸਤੇ ਜਾਨ ਦਿੱਤੀ ਆ, ਸਾਡੇ ਜਿਹੇ ਪਾਪੀਆਂ ਨੂੰ ਪਿਆਰ ਕੀਤਾ, ਸਾਡੇ ਲਈ ਸਭ ਕੁਝ ਪੂਰਾ ਕੀਤਾ, ਔਰ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੀ ਜਾਨ ਦੇ ਦਿੱਤੀ। ਤੇ ਸਾਨੂੰ ਚਾਹੀਦਾ ਕਿ ਅਸੀਂ ਉਹਦੀ ਆਗਿਆਕਾਰੀ ਦੇ ਵਿੱਚ ਆਈਏ, ਅਸੀਂ ਪਵਿੱਤਰ ਜੀਵਨ ਜੀਏ ਤੇ ਉਹਦੇ ਸਾਨੂੰ ਹਾਜ਼ਰ ਹੋ ਕੇ ਉਹਦੇ ਵਿੱਚ ਅਸੀਂ ਅੱਗੇ ਵਧਦੇ ਜਾਈਏ ਤੇ ਹੋਰ ਵੀ ਅਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ। ਕਿਉਂਕਿ ਪ੍ਰਭੂ ਜੀ ਫਿਰ ਜਦੋਂ ਤੀਸਰੇ ਦਿਨ ਮੁਰਦਿਆਂ ਦੇ ਵਿੱਚ ਜੀ ਉੱਠਦੇ ਆ, ਔਰ 40 ਦਿਨ 40 ਰਾਤ ਫਿਰ ਧਰਤੀ ਉੱਤੇ ਰਹਿੰਦੇ ਆ, ਔਰ ਫਿਰ ਲੋਕਾਂ ਨੂੰ ਜਾਂਦੇ ਜਾਂਦੇ ਕਿ ਸੰਦੇਸ਼ ਦਿੱਤੇ ਜਾਂਦੇ ਆਪਣੇ ਚੇਲਿਆਂ ਨੂੰ ਕਿ ਜਾ ਕੇ ਕੀ ਆ ਸਿਰ ਸਭ ਸ਼ਿਸ਼ਟ ਦੇ ਵਿੱਚ ਲਾ ਕੇ ਕੀ ਆ ਮੇਰਾ ਪ੍ਰਚਾਰ ਕਰੋ। ਹਾਲੇਲੂਯਾ। ਸਾਰੇ ਜਾ ਕੇ ਮੇਰਾ ਕੀ ਕਰੋ? ਪ੍ਰਚਾਰ ਕਰੋ। ਪ੍ਰਭੂ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਤਾਂ ਕਿ ਅਸੀਂ ਮੌਕਾ ਹੋਰਨਾਂ ਤੱਕ ਲੈ ਕੇ ਜਾਈਏ। ਅਸੀਂ ਇਹ ਮੌਕਾ ਤਦ ਦੇ ਸਕਦੇ ਹਾਂ ਜਦ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਨੂੰ ਪੈਦਾ ਕਰਾਂਗੇ। ਹਾਲੇਲੂਯਾ। ਅਸੀਂ ਆਪਣੇ ਆਪ ਦੇ ਸੁਧਾਰ ਪੈਦਾ ਕਰੀਏ, ਜਦ ਅਸੀਂ ਇੱਕ ਸੁਧਾਰ ਨੂੰ ਆਪਣੇ ਅੰਦਰ ਦੇਖਦੇ ਹਾਂ ਤਾਂ ਅਸੀਂ ਉਸ ਸੁਧਾਰ ਦੂਸਰਿਆਂ ਉੱਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਈਏ। ਹਾਲੇਲੂਯਾ। ਹਾਲੇਲੂਯਾ। ਸਾਨੂੰ ਯਿਸੂ ਮਸੀਹ ਜੀ ਦੇ ਬਾਰੇ ਦੱਸਣਾ ਚਾਹੀਦਾ ਕਿ ਪ੍ਰਭੂ ਯਿਸੂ ਮਸੀਹ ਜੀ ਇਸ ਧਰਤੀ ਤੇ ਕਿਉਂ ਆਏ। ਹਾਲੇਲੂਯਾ। ਯਿਸੂ ਮਸੀਹ ਜੀ ਧਰਤੀ ਤੇ ਆਏ ਪਾਪੀਆਂ ਦੇ ਵਾਸਤੇ। ਪਰ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦੀ ਹਾਂ ਕਿ ਜਦ ਯਿਸੂ ਮਸੀਹ ਜੀ ਦੁਬਾਰਾ ਆਉਣਗੇ, ਦੂਸਰੀ ਵਾਰ ਜਦੋਂ ਆਉਣਗੇ ਤਾਂ ਉਦੋਂ ਪ੍ਰਭੂ ਯਿਸੂ ਮਸੀਹ ਪਾਪੀਆਂ ਦੇ ਵਾਸਤੇ ਨਹੀਂ ਆਉਣਗੇ, ਉਦੋਂ ਪ੍ਰਭੂ ਯਿਸੂ ਮਸੀਹ ਜੀ ਧਰਮੀਆਂ ਦੇ ਵਾਸਤੇ ਹੋਣਗੇ। ਹਾਲੇਲੂਯਾ। ਧਰਮੀਆਂ ਦੇ ਵਾਸਤੇ ਆਉਣਗੇ ਤਾਂ ਸਾਨੂੰ ਤਿਆਰੀ ਰੱਖਣੀ ਹੈ ਕਿ ਅਸੀਂ ਧਰਮੀ ਬਣ ਕੇ ਰਹੀਏ। ਹਾਲੇਲੂਯਾ। ਅਸੀਂ ਚੰਗੇ ਕਰਮ ਕਰੀਏ, ਅਸੀਂ ਚੰਗੇ ਕੰਮ ਕਰੀਏ। ਹਾਲੇਲੂਯਾ। ਉਹਦੀ ਆਗਿਆਕਾਰੀ ਦੇ ਵਿੱਚ ਰਹੀਏ, ਉਹਦੇ ਅਧੀਨ ਰਹੀਏ। ਹਾਲੇਲੂਯਾ। ਅਸੀਂ ਕਿਸੇ ਦਾ ਵੀ ਬੁਰਾ ਨਾ ਕਰੀਏ। ਹਾਲੇਲੂਯਾ। ਸਭਨਾਂ ਦੇ ਨਾਲ ਪ੍ਰੇਮ ਰੱਖੀਏ, ਅਸੀਂ ਮੇਲ ਮਿਲਾਪ ਕਰਵਾਉਣ ਵਾਲੇ ਹੋਈਏ। ਹਾਲੇਲੂਯਾ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜਦ ਯਿਸੂ ਮਸੀਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਦੇ ਆ ਤਾਂ ਉੱਥੇ ਉਹ ਸਭ ਤੋਂ ਪਹਿਲਾਂ ਕਿੱਥੇ ਆ? ਲੇਡੀਜ਼ ਦੇ ਉੱਤੇ ਹੀ ਪ੍ਰਗਟ ਹੁੰਦੇ ਆ। ਹਾਲੇਲੂਯਾ। ਲੇਡੀਜ਼ ਉੱਤੇ ਪ੍ਰਗਟ ਹੁੰਦੇ ਆ। ਉਸ ਲੇਡੀ ਨੂੰ ਕਿਹਾ ਜਾਂਦਾ ਕਿ ਦੱਸ ਜਾ ਕੇ ਕਿ ਯਿਸੂ ਮਸੀਹ ਜੀ ਜਿੰਦਾ ਹੋ ਚੁੱਕੇ ਹਨ। ਹਾਲੇਲੂਯਾ। ਤਾਂ ਸਭ ਤੋਂ ਪਹਿਲਾਂ ਜੋ ਪ੍ਰਚਾਰ ਕਿਸਨੇ ਕੀਤਾ? ਔਰਤ ਨੇ ਕੀਤਾ। ਹਾਲੇਲੂਯਾ। ਅੱਜ ਕੀ ਆ? ਔਰਤਾਂ ਨੂੰ ਕੀ ਆ? ਡੀਮੋਟੀਵੇਟ ਕੀਤਾ ਜਾਂਦਾ, ਲੇਡੀਜ਼ ਨੂੰ ਡੀਮੋਟੀਵੇਟ ਕੀਤਾ ਜਾਂਦਾ ਕਿ ਭੈਣਾਂ ਪ੍ਰਚਾਰ ਨਹੀਂ ਕਰ ਸਕਦੀਆਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦ ਯਿਸੂ ਮਸੀਹ ਦਾ ਜਨਮ ਹੋਇਆ ਉਦੋਂ ਕੁਆਰੀ ਮਰੀਅਮ ਦੇ ਉੱਤੇ ਪ੍ਰਗਟ ਹੋਏ। ਹਾਲੇਲੂਯਾ। ਹਾਲੇਲੂਯਾ। ਪਵਿੱਤਰ ਆਤਮਾ ਦੇ ਰਾਹੀਂ ਉਹ ਗਰਭਵਤੀ ਹੋਏ। ਹਾਲੇਲੂਯਾ। ਔਰ ਜਦੋਂ ਪ੍ਰਚਾਰ ਜਦੋਂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਉਦੋਂ ਵੀ ਔਰਤਾਂ ਦੇ ਉੱਤੇ ਹੀ ਪ੍ਰਗਟ ਹੋਈ। ਹਾਲੇਲੂਯਾ। ਔਰਤਾਂ ਦੇ ਰਾਹੀਂ ਪ੍ਰਗਟ ਹੋਏ। ਉਦੋਂ ਔਰਤ ਨੇ ਜਾ ਕੇ ਕੀ ਆ? ਫਸਟ ਪ੍ਰਚਾਰ ਕੀਤਾ। ਹਾਲੇਲੂਯਾ। ਕਿ ਯਿਸੂ ਮਸੀਹ ਜਿੰਦਾ ਹੋ ਚੁੱਕੇ ਹਨ। ਹਾਲੇਲੂਯਾ। ਹਾਲੇਲੂਯਾ। ਤਾਂ ਸਾਨੂੰ ਕੀ ਆ? ਪਰਮੇਸ਼ੁਰ ਜੀ ਦਾ ਪ੍ਰਚਾਰ ਵੱਧ ਕੇ ਕਰਨਾ ਚਾਹੀਦਾ। ਤੇ ਜਿਵੇਂ ਹੀ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਧਰਮੀਆਂ ਦੇ ਲਈ ਨਹੀਂ, ਪਾਪੀਆਂ ਦੇ ਲਈ ਆਏ ਸੀ, ਪਰ ਹੁਣ ਕਿਹਨਾਂ ਦੇ ਲਈ ਆਉਣਗੇ? ਧਰਮੀਆਂ ਦੇ ਲਈ। ਤਾਂ ਆਪਣੀ ਤਿਆਰੀ ਰੱਖੋ ਤਾਂ ਕਿ ਅਸੀਂ ਜਦ ਪ੍ਰਭੂ ਯਿਸੂ ਮਸੀਹ ਜੀ ਆਉਣ ਅਸੀਂ ਉਹਨਾਂ ਦੇ ਨਾਲ ਉਠਾਏ ਜਾਈਏ। ਸਾਰਿਆਂ ਨੂੰ ਇਸ ਵਚਨ ਦੇ ਨਾਲ ਬਹੁਤ ਵੱਡੀ ਆਸ਼ੀਸ਼ ਬਰਕਤ ਮਿਲੇ। ਆਮੀਨ।